ਕੋਈ ਇਨਫੋਰਮੇਸ਼ਨ ਲਈ ਕੋਈ ਇੱਕ ਦੋ ਗਰੋਰ ਸਨ ਜਿਹੜੇ ਮੇਰੇ ਤੋਂ ਸੀਨੀਅਰ ਸਨ, ਜੀ ਉਹਨਾਂ ਕੋਲੋਂ ਉਹਨਾਂ ਮੈਨੂੰ ਇਨਫੋਰਮੇਸ਼ਨ ਦਿੱਤੀ, ਉਹਦੇ ਤਹਿਤ ਫਿਰ ਮੈਂ ਇਹਨੂੰ ਗਰੋ ਕੀਤਾ। ਅੱਛਾ, ਪਹਿਲਾਂ ਲਸਣ ਦਾ ਜਿਹੜੀ ਤੁਸੀਂ ਕਾਸ਼ਤ ਕੀਤੀ ਹੈ, ਕਿਤਨੀ ਕੀਤੀ ਔਰ ਕਿਹੜੇ ਸਾਲ 'ਚੋਂ ਕੀਤੀ ਹੈ? ਉਹ ਮੈਂ 19 'ਚ ਕੀਤੀ ਸੀ, 2019 ਦੇ ਵਿੱਚ। ਜੀ ਅੱਛਾ, ਕਿਤਨੀ ਕੀਤੀ ਹੈ? ਉਹ ਮੈਂ 1 ਏਕੜ ਕੀਤੀ ਸੀ। ਠੀਕ ਹੋ ਗਿਆ, ਅਤੇ ਕੁਝ 1 ਏਕੜ ਅਤੇ ਉਹਦੇ ਕਨਾਲ ਬਾਅਦ ਸ਼ਾਇਦ ਜ਼ਿਆਦਾ ਟੋਟਲ ਆ ਗਈ। ਸਾਨੂੰ ਦੱਸੋ ਉਸ 1 ਏਕੜ ਦੇ ਵਿੱਚ ਉਸ ਵਕਤ ਇਨਵੈਸਟ ਕਿੰਨੀ ਆਈ, ਕਿੰਨਾ ਬੀਜ ਤੁਸੀਂ ਲਾਇਆ ਜੀ ਔਰ ਕੀ ਤਜਰਬਾ ਰਿਹਾ ਜੀ ਉਸ ਵੇਲੇ? ਹਾਂ ਜੀ, ਉਹਦੇ 'ਚ ਮੈਂ 800 kg ਸੀਡ ਲਾਇਆ ਸੀ ਜੀ 1 ਏਕੜ ਦੇ ਵਿੱਚ, ਔਰ ਮੈਂ ਉਹ 4,75,000 ਦਾ ਜਿਹਾ ਸੀ ਉਹ ਸੀਡ ਖਰੀਦਿਆ ਸੀ। ਠੀਕ ਹੈ, ਅਤੇ ਲੇਕਿਨ ਉਹ 'ਚ ਅਲਹਮਦੁਲਿਲਾ ਉਸ ਵੇਲੇ ਮੈਨੂੰ ਵੀ ਰੇਟ ਦਾ ਨਹੀਂ ਸੀ ਪਤਾ। ਸਹੀ, ਅਤੇ ਮੇਰੇ ਕੋਲ ਇੱਕ ਕਲਾਇੰਟ ਆਇਆ, ਉਹਨੇ ਮੈਨੂੰ ਕਿਹਾ ਜੀ ਮੈਂ ਲੈਣਾ, ਮੈਂ ਉਹਦੇ ਕੋਲੋਂ 350 ਰੁਪਇਆ ਮੰਗਿਆ। ਠੀਕ ਹੈ, ਉਹ ਮੈਨੂੰ ਕਹਿੰਦਾ ਜੀ 230 'ਤੇ ਮੇਰੀ ਉਹਦੇ ਡੰਡ ਹੋ ਗਿਆ, ਹੁਣ ਮੈਂ 230 'ਤੇ ਮੈਂ ਉਹਨੂੰ ਉਹ ਫਿਰ ਸੇਲ ਕਰਦਾ 7,000 kg। ਅੱਛਾ, ਹਾਂ ਜੀ, ਅਤੇ ਉਹਦੇ ਵਿੱਚ ਫਿਰ ਉਹ ਕਿਵੇਂ ਆਉਂਦੇ ਨੇ, ਉਹ ਹਰ ਬੰਦਾ ਹੈਰਾਨ ਹੋ ਗਿਆ ਜੀ, ਇੱਕ 20 ਦੇ ਵਿੱਚ ਇੰਨਾ ਸੇਲ ਕੀਤਾ, ਯਾਨੀ ਹਾਫ ਕੁਆਂਟਿਟੀ ਸੇਲ ਕੀਤੀ ਸਾਨੂੰ। ਸਹੀ, ਹਾਫ ਕੁਆਂਟਿਟੀ ਦੇ ਵਿੱਚ ਹੀ ਉਹ 15,00,000 ਮੈਂ 60,000 'ਤੇ ਕਿੰਨਾ 80,000 ਉਹ ਮੈਨੂੰ ਫਿਗਰ ਐਗਜੈਕਟਲੀ ਤਾਂ ਯਾਦ ਨਹੀਂ। ਠੀਕ ਹੈ, 12 ਲੋ ਇੰਨੇ ਦਾ ਮੈਂ ਸੇਲ ਕੀਤਾ, ਅਤੇ ਉਹ ਫਿਰ ਉਹ ਥੋੜ੍ਹੀ ਜਿਹੀ ਇਲਾਕੇ 'ਚ ਲੋਕਾਂ ਨੂੰ ਬੜਾ ਅਜੀਬ ਲੱਗਾ ਕਿ ਯਾਰ ਇੱਕ 20 ਦੀ ਜਿਹੜੀ ਫਸਲ ਹੈ ਜੀ ਉਹ ਇਸ ਬੰਦੇ ਨੇ ਸੇਲ ਕੀਤੀ ਹੈ 15,50,000-16,00,000 ਦੀ। ਅਤੇ ਲੋਕ ਦੇਖਣ ਨਹੀਂ ਫਿਰ ਆਉਂਦੇ ਸੀ, ਨਵੀਂ ਫਸਲ ਸੀ, ਨਵੀਂ ਚੀਜ਼ ਸੀ। ਠੀਕ ਹੋ ਗਿਆ, ਅਲਹਮਦੁਲਿਲਾ ਬੜਾ ਅੱਛਾ ਹੋ ਰਿਹਾ ਸੀ ਉਸ ਸਾਲ। ਅੱਛਾ, ਹੁਣ ਤੀਸਰਾ ਸੀਜ਼ਨ ਹੈ ਤੁਹਾਨੂੰ ਜੀ ਬਿਲਕੁਲ, ਅਤੇ ਐਤਕੀ ਤੁਸੀਂ ਕਿਤਨੀ ਕਾਸ਼ਤ ਕਰ ਰਹੇ ਹੋ? ਇਸ ਦਫ਼ਾ ਜੀ ਇਨਸ਼ਾਅੱਲਾ ਮੈਂ ਜੀ ਕੋਈ ਰਾਊਂਡ ਅਬਾਊਟ 7 ਏਕੜ ਜਿਹੜਾ ਨਾ 3.5 ਏਕੜ 'ਤੇ ਆਲਰੇਡੀ ਤੁਹਾਡੇ ਸਾਹਮਣੇ ਸੋਇੰਗ ਹੋ ਚੁੱਕੀ ਹੈ। ਠੀਕ ਹੋ ਗਿਆ, ਅਤੇ ਇਨਸ਼ਾਅੱਲਾ ਕੰਟੀਨਿਊ ਕਰ ਰਿਹਾ, ਦੇਖੋ ਟਰਾਈ ਇਹ ਵੇ ਕੋਈ 7 ਏਕੜ ਦੇ ਕਰੀਬ ਜਿਹੜਾ ਨਾ 6.5-7 ਏਕੜ ਦੇ ਕਰੀਬ ਹੋ ਜਾਵੇ। ਅੱਛਾ, ਕੋਈ ਪਾਰਟਨਰ ਵੀ ਹੈ ਨਾਲ ਜਾਂ ਖੁਦ ਹੀ ਤੁਸੀਂ ਕਰ ਰਹੇ ਹੋ ਸਾਰੀ? ਜੀ ਮੈਂ ਖੁਦ ਹੀ ਕਰ ਰਿਹਾ ਜੀ, ਬਿਲਕੁਲ 100%। ਠੀਕ ਹੈ, ਅੱਛਾ ਹੁਣ ਸਾਨੂੰ ਨਾ ਜ਼ਰਾ ਇਹ ਦੱਸ ਦਿਓ ਕਿ ਇਸ ਜ਼ਮੀਨ ਦੀ ਤਿਆਰੀ ਤੁਸੀਂ ਕਿਸ ਤਰ੍ਹਾਂ ਕਰਦੇ ਹੋ, ਜ਼ਮੀਨ ਦੀ ਤਿਆਰੀ ਦੇ ਮੁਤਾਬਿਕ ਜਿਹੜੀ ਨਾ ਥੋੜ੍ਹੀ ਬਹੁਤ ਸਾਨੂੰ ਦੱਸ ਦਿਓ। ਜ਼ਮੀਨ ਦੀ ਤਿਆਰੀ ਹੈ ਜੀ, ਮੈਂ ਇਹਨੂੰ ਕੋਈ 3 ਮਹੀਨੇ ਪਹਿਲੇ ਇਹਦੇ 'ਚ ਗੋਬਰ ਦੇ ਕਾਫੀ ਇਹਦੇ 'ਚ ਪਾਇਆ, ਤਕਰੀਬਨ 25 ਟਰਾਲੀਆਂ ਪਰ ਏਕੜ, ਜਿਹੜਾ ਕਿ ਆਮ ਜ਼ਿਮੀਂਦਾਰ ਨਹੀਂ ਪਾਉਂਦਾ, ਜਿਹਨੂੰ ਮੈਂ ਦੱਸਦਾ ਜਿਸ ਬੰਦੇ ਨਾਲ ਮੈਂ ਕੱਲ੍ਹ ਕਹਿੰਦਾ ਜੀ ਬਹੁਤ ਜ਼ਿਆਦਾ ਪਾ ਦਿੱਤਾ। ਫਿਰ ਮੈਂ ਉਹਦੇ ਤੋਂ ਬਾਅਦ ਇਹਦੇ ਵਿੱਚ ਜਿਹੜੀ ਸੀ ਨਾ ਮੱਕੀ ਕਾਸ਼ਤ ਕੀਤੀ ਕਿ ਮੈਂ ਕਿਹਾ ਦੀ ਜ਼ਰਾ ਹੀਟ ਜਿਹੜੀ ਹੈ ਉਹ ਕੱਟ ਜੇ ਉਹਦੇ ਨਾਲ। ਫਿਰ ਮੈਂ ਮੱਕੀ ਕਾਸ਼ਤ ਕਰਨ ਤੋਂ ਬਾਅਦ ਮੈਂ ਇਹਨੂੰ ਜਿਹੜਾ ਉਹ ਉਸ ਤੋਂ ਬਾਅਦ ਹਲ ਚਲਾਉਣੇ ਸ਼ੁਰੂ ਕੀਤੇ, ਡਿਸਕਾਂ ਚਲਾਈਆਂ, ਰੋਟਾਵੇਟਰ ਚਲਾ ਕੇ, ਫਿਰ ਉਹਨੂੰ ਹਲ ਵਰਗਾ ਚਲਾ ਕੇ, ਫਿਰ ਯੰਤਰ ਵਗੈਰਾ ਉਹਦੇ 'ਚ ਲਾਇਆ, ਉਹਨੂੰ ਫਿਰ ਰੋਟਾਵੇਟ ਕੀਤਾ ਇਹਦੇ ਵਿੱਚ। ਅਤੇ ਉਸ ਤੋਂ ਬਾਅਦ ਮੈਂ ਜੀ ਇਹਦੇ ਵਿੱਚ ਅਲਹਮਦੁਲਿਲਾ ਤੁਹਾਡੇ ਸਾਹਮਣੇ ਕਿ ਮਰਗ, ਉਸ ਤੋਂ ਬਾਅਦ ਮੈਂ ਇਹਨੂੰ ਹਲ ਚਲਾ ਹੀ ਰਿਹਾ, ਚੀਜ਼ਲ ਵੀ ਇਹਦੇ ਵਿੱਚ ਮੈਂ ਚਲਾਇਆ, ਫਿਰ ਇਹਦੇ ਵਿੱਚ ਮੈਂ ਜ਼ਿਆਦਾ ਹਜੇ ਰਹਿਣਾ ਉਹ ਹਲ ਚਲਾਇਆ ਕਾਫੀ ਗਹਿਰਾ, ਤਕਰੀਬਨ 1.5-2 ਫੁੱਟ ਜਿਹੜਾ ਨਾ ਉਹ ਇਹਦੇ 'ਚ ਹਲ ਮੈਂ ਗਹਿਰਾ ਚਲਾਇਆ। ਅੱਛਾ, ਇਹ ਜ਼ਮੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਜੀ ਵਨ ਲਸਣ ਲਾਉਣ ਵਾਸਤੇ? ਇਹਦੇ ਵਾਸਤੇ ਜੀ ਜਿਹੜੀ ਮਹਿਰਾ ਜ਼ਮੀਨ ਉੱਥੇ ਬਹੁਤ ਜ਼ਬਰਦਸਤ ਹੈ, ਜਿਸ ਤਰ੍ਹਾਂ ਕਿ ਨਹਿਰ ਦੇ ਨੇੜੇ ਨਜ਼ਦੀਕ ਦੇ ਇਲਾਕੇ ਹੁੰਦੇ ਨੇ ਜੀ, ਅਤੇ ਉਹਨਾਂ ਜਦੋਂ ਤੁਹਾਨੂੰ ਪਤਾ ਪਾਲ ਵੀ ਹੁੰਦੀ ਹੈ ਅਤੇ ਮਹਿਰਾ ਹੁੰਦੀ ਹੈ, ਜਿਹੜੀ ਮਹਿਰਾ ਜ਼ਮੀਨ ਹੈ ਬਹੁਤ ਜ਼ਬਰਦਸਤ ਪ੍ਰੋਡਕਸ਼ਨ, ਜਿਹੜੀ ਸਾਡੀਆਂ ਜ਼ਮੀਨਾਂ ਨੇ ਪੱਕੀ ਵੱਟਦੀਆਂ ਸਹੀ, ਅਤੇ ਉੱਥੇ ਪ੍ਰੋਡਕਸ਼ਨ ਕਾਫੀ ਅੱਛੀ ਆ ਜਾਂਦੀ, ਜਿਹੜੀ ਮਹਿਰਾ ਜ਼ਮੀਨ ਹੋਏ, ਦਰਿਆ ਦੇ ਨਜ਼ਦੀਕ ਹੋਏ, ਨਹਿਰਾਂ ਦੇ ਨਜ਼ਦੀਕ ਹੋਏ, ਉਹ ਜ਼ਬਰਦਸਤ ਜ਼ਮੀਨ ਹੈ। ਠੀਕ ਹੋ ਗਿਆ, ਅੱਛਾ ਹੁਣ ਸਾਨੂੰ ਇਹ ਦੱਸੋ ਬਈ ਇਹ ਜਿਹੜੀ 1 ਏਕੜ ਦੇ ਵਿੱਚ ਸੀਡ ਤੁਸੀਂ ਲਾਉਂਦੇ ਹੋ, ਸੀਡ ਕਿੰਨਾ 1 ਏਕੜ 'ਚੋਂ ਲੱਗ ਰਿਹਾ? ਵੇਖੋ ਜੀ, ਪਹਿਲੇ ਤਾਂ ਸਾਲ ਲੱਗਾ ਸੀ ਜਿਹੜਾ ਨਾ ਉਹ 800 kg ਲੱਗਾ ਸੀ 1 ਏਕੜ 'ਚ। ਠੀਕ ਹੋ ਗਿਆ, ਉਸ ਤੋਂ ਬਾਅਦ ਇਹਦੀ ਜਿਹੜੀ ਹੈ ਨਾ ਇਹ ਡਰਾਈ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ, ਵੇਟ ਲੋਸ ਜ਼ਿਆਦਾ ਕਰਨਾ ਸ਼ੁਰੂ ਕਰਤਾ,
ਇਹ ਜੀਵਨ ਨੇ ਉਹਦੀ ਵਿੱਚ ਕੋਈ ਹੀਟ ਵੇਵ ਵੀ ਆਈ ਪਿਛਲੇ ਸਾਲ, ਹੁਣ ਇਸ ਦੇ ਬਾਅਦ ਸੀਡ ਹੀ ਰਹਿਣਾ ਉਹ ਤਕਰੀਬਨ ਜਿਹੜਾ ਪਹਿਲੇ ਸਾਲ ਅਸੀਂ ਲਾਇਆ ਸੀ ਉਹ 70 ਤੋਂ 75 ਤੁਲੀਆਂ ਜੀ 1 ਕਿਲੋ ਚ ਆਉਂਦੀਆਂ ਸੀ, ਸਹੀ ਹੋ ਗਿਆ। ਹੁਣ ਜਿਹੜੀਆਂ ਨੇ ਉਹ ਆ ਰਹੀਆਂ ਜਨਾਬ 110 ਤੋਂ ਲੱਗ ਕੇ ਜੀ। ਕੋਈ ਸ਼ਾਇਦ ਨਜ਼ਰ ਹੋਏਗਾ ਕਿਸੇ ਬੰਦੇ ਦਾ ਕਿ ਜਿਹਦੀਆਂ 90 ਤੁਲੀਆਂ ਆਉਂਦੀਆਂ ਹੋਣ, ਨਹੀਂ ਤਾਂ ਇਸ ਦਫ਼ਾ ਇਹ ਹੈ ਕਿ 110 ਤੋਂ ਲੱਗ ਕੇ 150, 160, 170 ਤੱਕ ਵੀ ਤੁਰੀਆਂ ਲੋਕਾਂ ਦੀਆਂ ਇੱਕ ਕੇ ਜੀ 'ਚ ਆ ਰਹੀਆਂ। ਅੱਛਾ ਇੱਕ ਹੋਰ ਦੱਸੋ ਮੈਂ ਫਿਰ ਉਹਦੇ ਵਿੱਚ ਸਾਰੀ ਫਿਰ ਇੱਕ ਹੋਰ ਚੀਜ਼ ਦੇਣਾ, ਉਹਦੇ ਵਿੱਚ ਤੁਹਾਡੇ ਨੰਬਰ ਆਫ ਪਲਾਂਟ ਵੱਧ ਜਾਂਦੇ ਨੇ ਜੀ ਜੀ ਅਤੇ ਕੇ ਜੀ ਤੁਹਾਡੇ ਘੱਟ ਜਾਂਦੇ ਨੇ। ਠੀਕ ਹੋ ਗਿਆ, ਮਤਲਬ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਇੱਕ ਏਕੜ ਦੇ ਵਿੱਚ ਕੁਝ ਲੋਕ ਪਲਾਂਟ ਗਿਣਦੇ ਨੇ ਕਿ ਕਿੰਨੇ ਪਲਾਂਟ ਲਾ ਰਹੇ ਹਾਂ, ਕਿੰਨੀ ਤੁਰੀ ਲੱਗ ਰਹੀ, ਉਸ ਹਿਸਾਬ ਨਾਲ ਕੋਈ ਜ਼ਰਾ ਦੱਸੋ ਕਿੰਨੀ ਤੁਰੀ ਆਉਂਦੀ ਕੋਈ ਅੰਦਾਜ਼ਾ? ਉਹ ਜੀ ਇਹ ਤੁਸੀਂ ਅਗਰ ਇਹਨੂੰ ਇਹਦੇ ਮੁਖਤਲਿਫ ਇਹਦੀ ਡਾਇਮੈਂਸ਼ਨ ਨੇ ਜੀ 7x6 ਜਾਂ 8x7 ਜਾਂ 8x6 ਜਾਂ 8x8 ਉਹ ਡਾਇਮੈਂਸ਼ਨ ਨੇ ਇਹਨਾਂ ਦੇ ਉੱਤੇ ਲਾਏ ਜਾਂਦੇ, ਉਹਦੇ ਤੁਸੀਂ ਸਮਝ ਲਓ ਕਿ ਇਹ 45,000 ਤੋਂ ਲੱਗ ਕੇ ਨਾ ਅਤੇ 80,000 ਤੱਕ ਤੁਰੀ ਜਿਹੜੀ ਉਹ ਲੱਗਦੀ ਹੈ। ਸਿਰਫ ਉਹ ਡਾਇਮੈਂਸ਼ਨ ਦਾ ਫਰਕ ਹੁੰਦਾ, ਅਗਰ ਤੁਸੀਂ 8x8 ਤੇ ਲੈ ਜਾਓਗੇ ਇਹਨੂੰ ਤੇ ਇੱਕ ਤਾਂ ਤੁਹਾਡੀ ਜਗ੍ਹਾ ਜਿਹੜੀ ਸੀਡ ਜਿਹੜਾ ਨਾ ਉਹ ਜ਼ਿਆਦਾ ਜਗ੍ਹਾ ਲਏਗਾ ਅਤੇ ਉਹਦਾ ਫਾਸਲਾ ਜ਼ਿਆਦਾ ਹੈਗਾ, ਉਹਨੂੰ ਫਿਰ ਤੁਸੀਂ ਗੰਡ ਉਹਦਾ ਜਿਹੜਾ ਲਸਣ ਦੀ ਜਿਹੜੀ ਪੋਥੀ ਹੁੰਦੀ ਉਹ ਕਾਫੀ ਵੱਡੀ ਹੋ ਜਾਏਗੀ। ਅੱਛਾ, ਲੇਕਿਨ ਕੁਝ 6x6 ਵਾਲੇ ਜਿਹੜੇ ਨੇ ਉਹ ਵੀ ਸਹੀ ਨੇ ਆਪਣੀ ਜਗ੍ਹਾ 'ਤੇ, ਉਹ ਸੀਡ ਜ਼ਿਆਦਾ ਲਾ ਜਾਂਦਾ, ਸਹੀ ਉਹਦੇ ਨਾਲ ਉਹਨਾਂ ਦੀ ਪ੍ਰੋਡਕਸ਼ਨ ਵੀ ਜ਼ਿਆਦਾ ਨਿਕਲਣ ਦੀ। ਠੀਕ ਹੋ ਗਿਆ। ਅੱਛਾ ਇਹ ਲੇਬਰ ਨਾਲ ਤੁਸੀਂ ਲਾਉਂਦੇ ਹੋ ਜਾਂ ਕੋਈ ਮਸ਼ੀਨੀ ਜ਼ਰੀਆ ਵੀ ਇਸਦਾ ਹੈ ਲਾਉਣ ਦਾ? ਨਹੀਂ, ਅਸੀਂ ਬਿਲਕੁਲ ਇਹਨੂੰ ਐਮ ਸ਼ਰੀਫ ਵਾਲਾ ਕੋਈ ਕਰੋੜਪੱਕਾ ਤੋਂ ਅਸੀਂ ਪਲਾਂਟ ਬਣਵਾਇਆ ਸੀ 2 ਸਾਲ ਪਹਿਲੇ। ਅੱਛਾ, ਪਿਛਲੇ ਸਾਲ ਵੀ ਉਹਦੇ ਨਾਲ ਅਸੀਂ ਕਾਸ਼ ਕੀਤਾ, ਇਸ ਦਾ ਉਹ ਬੈੱਡ ਸ਼ਿਪਰ ਜੀ ਉਹਨਾਂ ਕੋਲ ਲਿਆ ਸੀ, ਉਹ ਬੈੱਡ ਸ਼ਿਪਰ ਜਿਹੜਾ ਹੈ ਉਹਦੇ ਨਾਲ ਅਸੀਂ ਇਹਦੀ ਬੈੱਡ ਕੱਢਣੇ ਆ। ਬੈੱਡ ਕੱਢਣ ਤੋਂ ਬਾਅਦ ਉਹ ਨੰਬਰ ਉਹ ਉਹਦੇ ਪਿੱਛੇ ਲੱਗੀ ਜਾਂਦੀ ਉਹਦੇ ਨਿਸ਼ਾਨ ਵਾਲੀ। ਠੀਕ ਹੋ ਗਿਆ। ਡਿਸਕ ਉਹ ਨਿਸ਼ਾਨ ਲਾਈ ਜਾਂਦੀ, ਉਸ ਨਿਸ਼ਾਨ ਦੇ ਉੱਤੇ ਜਿਹੜਾ ਨਾ ਫਿਰ ਉਹ ਤੁਹਾਡੇ ਲੇਬਰ ਕੋਲ ਲਵਾਉਂਦੇ ਆ। ਠੀਕ ਹੋ ਗਿਆ। ਕਿਉਂਕਿ ਮਸ਼ੀਨ ਨਾਲ ਲਾਈ ਤਾਂ ਮਸ਼ੀਨ 'ਚ ਕੋਈ ਉਹਦੀ ਤੁਰੀ ਜਿਹੜੀ ਉਹ ਸਿੱਧੀ ਜਾਏਗੀ, ਕੋਈ ਪੁੱਠੀ ਜਾਏਗੀ, ਉਹ ਫਿਰ ਦੁਬਾਰਾ ਲੇਬਰ ਨੂੰ ਉਨੀ ਕਾਸਟ ਪੈ ਜਾਂਦੀ ਉਹਨੂੰ ਤੁਰੀਆਂ ਸਿੱਧੀਆਂ ਕਰਨ ਵਾਸਤੇ ਜਾਂ ਕਿਵੇਂ। ਠੀਕ ਹੋ ਗਿਆ। ਅੱਛਾ ਜਿਹੜਾ ਜੀਵਨ ਲਸਣ ਦਾ ਸੀਡ ਹੈ ਇਹਦੀ ਪਹਿਚਾਣ ਜਿਹੜੀ ਹੈ ਉਹ ਕਿਵੇਂ ਹੋ ਸਕਦੀ ਹੈ? ਡਰਾਈ ਦੀ ਤਾਂ ਜ਼ਰਾ ਦੱਸੋ ਆ ਦਿਨ ਮੁਸ਼ਕਲ ਹੁੰਦੀ ਹੈ, ਅਤੇ ਕੋਈ ਪਹਿਚਾਣ ਇਸ ਦੀ ਕਰਨ ਦਾ ਕੋਈ ਆਈਡੀਆ ਤੁਹਾਨੂੰ? ਇਹ ਬੰਦਾ ਕਿਸ ਬੰਦੇ ਕੋਲ ਲਵੇ, ਕਿਵੇਂ ਲੈਣਾ ਚਾਹੀਦਾ, ਕਿਉਂਕਿ ਬੜਿਆਂ ਲੋਕਾਂ ਨੂੰ ਇਸ ਸਾਲ ਵੀ ਦਾਅ ਲੱਗੇ ਨੂੰ, ਬਹੁਤ ਫਰਾਡ ਲੱਗ ਰਹੇ ਨੇ, ਲੋਕ ਫਰਾਡ ਲਾ ਰਹੇ ਨੂੰ, ਇਹ ਜ਼ਰਾ ਦੱਸੋ। ਇਹ ਜਨਾਬ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਖਾਸ ਤੌਰ 'ਤੇ ਜ਼ਿਮੀਂਦਾਰ ਅਤੇ ਮੇਰੇ ਖਿਆਲ 'ਚ ਜਿਹੜਾ ਨਾ ਕੋਈ ਕਾਸ਼ਤਕਾਰ ਜਾਂ ਜ਼ਿਮੀਂਦਾਰ ਉਹ ਤਾਂ ਮਿਕਸਿੰਗ ਕਰਦਾ ਨਹੀਂ ਜੀ, ਜਿਹੜੇ ਮਿਕਸਿੰਗ ਕਰਦੇ ਨੇ, ਮੈਂ ਹਕੀਕਤ ਇਹਦੇ 'ਚ ਜਿਹੜੇ ਟ੍ਰੇਡਰ ਆਏ ਨੇ ਲੋਕ, ਬਿਜ਼ਨਸਮੈਨ ਆ ਗਏ ਨੇ ਵਿੱਚ, ਸਹੀ ਕਿ ਜੀ ਅਸੀਂ ਉੱਥੋਂ ਪਰਚੇਜ਼ ਕਰਕੇ ਅਤੇ ਅੱਗੇ ਸੇਲ ਕਰਤਾ, ਉੱਥੋਂ ਪਰਚੇਜ਼ ਕੀਤਾ ਅਤੇ ਅੱਗੇ ਸੇਲ ਕਰ ਦਿੱਤਾ, ਅਤੇ ਉਹਨਾਂ ਨੇ ਕਾਰੋਬਾਰ ਬਣਾ ਲਿਆ। ਉਹ ਕਾਰੋਬਾਰ ਦੇ ਵਿੱਚ ਆ ਕੇ ਇਹ ਹਰਨਾਈ ਦਾ ਸੀਡ ਵੀ ਮਿਕਸ ਕਰਦੇ ਨੇ, ਸਹੀ ਇਹਦੇ 'ਚ ਐਲੀਫੈਂਟ ਵੀ ਮਿਕਸ ਕਰਦੇ ਨੇ। ਠੀਕ ਹੋ ਗਿਆ। ਇਹਦੇ ਵਿੱਚ ਫਿਰ ਕੋਈ ਸੁਣਿਆ, ਮੈਨੂੰ ਇਸ ਚੀਜ਼ ਦਾ ਇਲਮ ਨਹੀਂ ਹੈ, ਲੇਕਿਨ ਹਰ ਬੰਦਾ ਅੱਜ ਕੱਲ੍ਹ ਹਰ ਗਰੁੱਪ 'ਚ ਵੀ ਗੱਲ ਕਰਦੇ ਨੇ ਜੀ ਇੰਡੀਅਨ ਸੀਡ ਆਇਆ ਕੁਛ, ਲੇਕਿਨ ਇੰਡੀਅਨ ਮੈਨੂੰ ਤਾਂ ਕੋਈ ਪਹਿਚਾਣ ਨਹੀਂ, ਨਾ ਮੈਂ ਦੇਖਿਆ, ਅਗਰ ਕਿਸੇ ਨੂੰ ਹੋਏਗੀ ਤਾਂ ਉਹ ਸ਼ਾਇਦ ਕੋਈ ਉਹ ਸ਼ਾਇਦ ਸੁਣਿਆ ਜੀ ਉਹਦੀ ਪਹਿਚਾਣ ਐਡੀ ਨਹੀਂ ਆ, ਸੇਮ ਦੇ ਨਾਲ ਮਿਕਸ ਹੋ ਜਾਂਦਾ, ਲੇਕਿਨ ਇਹਦੀ ਇਹ ਤੁਰੀ ਜਿਹੜਾ ਹੁੰਦੀ ਹੈ ਉੱਤੇ ਇਹਦੀ ਉਹਦੇ ਨਾਲੋਂ ਐਲੀਫੈਂਟ ਵਗੈਰਾ ਨਾਲ ਦੂਸਰਿਆਂ ਨੂੰ ਇਹਦੀ ਸਾਫਦਾਰ ਪਹਿਚਾਣ ਹੈ। ਇਹ ਤੁਰੀ ਵੀ ਲੰਬੀ ਹੁੰਦੀ ਹੈ ਔਰ ਇਹਦੀ ਬਰੀਕ ਉੱਤੇ ਨੋਕ ਜੀ ਚੱਲਦੀ ਹੈ। ਸਹੀ ਹੋ ਗਿਆ। ਅੱਛਾ ਇਸ ਤੋਂ ਬਾਅਦ ਤੁਸੀਂ ਇਹ ਦੱਸ ਦਿਓ ਕਿ ਜਿਹੜਾ ਇਹ ਕਾਸ਼ਤ ਕਿਸ ਮਹੀਨੇ ਦੇ ਵਿੱਚ ਹੋ ਰਿਹਾ ਹੈ, ਮਤਲਬ ਔਰ ਪਹਿਲਾਂ ਫਿਲਹਾਲ ਤੁਸੀਂ ਦੱਸੋ ਸਾਨੂੰ ਕਾਸ਼ਤ ਕਿਸ ਮਹੀਨੇ ਵਿੱਚ ਹੋ ਰਿਹਾ ਜੀ? ਇਸ ਅਸੀਂ ਪਿਛਲੇ ਸਾਲ ਹੀਟ ਵੇਵ ਦੀ ਵਜ੍ਹਾ ਤੋਂ ਸਾਰੇ ਲੋਕ ਜਿਹੜੇ ਸੀ ਨਾ ਉਹ ਮਤਲਬ ਡਰੇ ਹੋਏ ਸੀ ਕਿ ਉਹਦੀ ਪ੍ਰੋਡਕਸ਼ਨ ਘੱਟ ਹੋਈ ਹੀਟ ਵੇਵ ਦੀ ਵਜ੍ਹਾ ਤੋਂ। ਇਸ ਸਾਲ ਲੋਕ ਫਿਰ ਇਹ ਹੈ ਕਿ ਸਤੰਬਰ ਦੇ
ਅਤੇ ਆਖਰੀ ਜਿਹੜੇ ਨਾ 10 ਦਿਨ ਉਹਨਾਂ ਦੇ ਵਿੱਚ ਲੋਕਾਂ ਨੇ ਕਾਸ਼ਤ ਸ਼ੁਰੂ ਕਰ ਦਿੱਤੀ। ਈਵਨ ਜਨੂਬੀ ਪੰਜਾਬ ਵਿੱਚ ਇੱਕ ਕਾਸ਼ਤ ਸ਼ੁਰੂ ਹੋ ਗਈ ਅੱਜ ਤੋਂ 10 ਦਿਨ ਪਹਿਲੇ ਵੀ। ਸਹੀ ਹੋ ਗਿਆ। ਅਤੇ ਮੈਂ ਤਾਂ ਅਲਹਮਦੁਲਿਲਾ ਜੀ 2 ਦਿਨ ਪਹਿਲੇ ਕਾਸ਼ਤ ਕੀਤੀ ਹੈ, ਕੋਈ ਅੱਜ ਕੀਤੀ ਹੈ। ਸਹੀ। ਅਤੇ ਟੈਂਪਰੇਚਰ ਸਹੀ ਹੈ, ਹੁਣ ਅਕਤੂਬਰ ਦੇ ਵਿੱਚ ਇਹਨੂੰ 20 ਤੱਕ ਕਾਸ਼ਤ ਕਰ ਲੈਣਾ ਚਾਹੀਦਾ ਉਸ ਤੋਂ ਪਹਿਲੇ ਪਹਿਲੇ। ਅੱਛਾ, ਇਹਦੀ ਥੋੜ੍ਹੀ ਜਿਹੀ ਖਾਦਾਂ ਦਾ ਦੱਸ ਦਿਓ ਕਿ ਤੁਸੀਂ ਕਾਸ਼ਤ ਤੋਂ ਪਹਿਲੇ ਖਾਦ ਕਿਹੜੀ ਇਸਦੇ ਵਿੱਚ ਸੱਟ ਰਹੇ ਹੋ? ਦੇਖੋ, ਸਭ ਤੋਂ ਪਹਿਲੇ ਤਾਂ ਰੂੜੀ ਜਿਹੜੀ ਹੈ ਇਹ ਪੋਲਟਰੀ ਮਨਿਓਰ ਜਿਹੜਾ ਉਹ ਵੀ ਪਾ ਲੈਣਾ ਚਾਹੀਦਾ ਜੀ। ਅਤੇ ਉਹਦੇ 'ਚ ਵੀ ਉਹ 5-10 ਬੈਗ ਜਿਹੜੇ ਨਾ ਜੀ ਜੀ ਉਹ ਇਹਦੇ 'ਚ ਮਿਕਸ ਕਰ ਲੈਣੇ ਚਾਹੀਦੇ, ਅਤੇ ਰੂੜੀ ਜਿਹੜੇ ਗੋਬਰ ਵਗੈਰਾ ਉਹ ਵੀ ਪਾਉਣਾ ਚਾਹੀਦਾ। ਉਸ ਤੋਂ ਬਾਅਦ ਫਿਰ ਜਦੋਂ ਇਹਨੂੰ ਤੁਸੀਂ ਇਹਦੇ ਬੈੜਨ ਕੱਢਣੇ ਨੇ ਅਤੇ ਜ਼ਮੀਨ ਰੈਡੀ ਹੋ ਜਾਂਦੀ, ਤਿਆਰ ਹੋ ਜਾਂਦੀ ਹੈ, ਉਹਦੇ 3 ਖਾਦਾਂ ਨੇ। ਲੋਕ ਡੀ ਏ ਪੀ ਵੱਲ ਜਾਂਦੇ, ਡੀ ਏ ਪੀ ਵੇਖੋ ਜੀ 2 ਨੰਬਰ ਵੀ ਮਿਲਦੀ ਹੈ। ਇੰਝ ਗੱਲ ਡੀ ਏ ਪੀ ਜਿਹੜੀ ਉਹ ਫਿਕਸ ਹੋ ਜਾਂਦੀ ਥੱਲੇ ਜਾ ਕੇ, ਸਹੀ, ਉਹ ਬਹੁਤ ਘੱਟ ਫਿਰ ਫਸਲ ਨੂੰ ਉਹਦਾ ਅਸਰ ਹੁੰਦਾ। ਉਹਦੇ ਨਾਲ ਬਿਹਤਰ ਤੁਸੀਂ ਨਾਈਟ੍ਰੋਫਾਸਟ ਜੀ ਜੀ ਜਿਹੜੀ ਹੈ ਉਹ ਪਾ ਲਓ ਜੀ ਜੀ, ਜਾਂ ਐੱਸ ਐੱਸ ਪੀ ਸਿੰਗਲ ਸੁਪਰ ਫਾਸਫੇਟ ਜਿਹਨੂੰ ਕਹਿੰਦੇ ਨੇ, ਸਹੀ, ਉਹਦੇ ਨਾਲ ਤੁਸੀਂ ਮਿਕਸ ਕਰ ਲਓ, ਨਾਲ ਇਹਨਾਂ ਤਿੰਨਾਂ 'ਚੋਂ ਇਹਨਾਂ ਦੋਵਾਂ 'ਚ ਜਿਹੜੀ ਮਰਜ਼ੀ ਮਿਕਸ ਕਰ ਲਓ। ਸਹੀ ਹੋ ਗਿਆ। ਮਤਲਬ 6 ਬੈਗ ਜਿਹੜੇ ਨੇ ਐੱਸ ਐੱਸ ਪੀ ਦੇ ਪਾ ਲਏ ਜੀ ਜੀ, ਅਤੇ ਨਾਈਟ੍ਰੋਫਾਸ ਦੇ ਪਾਣੀਆਂ ਦੇ ਉਹ 4 ਬੈਗ ਪਾ ਲਏ। ਠੀਕ ਹੋ ਗਿਆ। ਉਹ ਬੇਸਿਕ ਜਿਹੜੀ ਹੈ ਨਾ ਉਹਦੇ ਨਾਲ ਫਿਰ ਅੱਗੋਂ ਪੋਟਾਸ਼ ਜਿਹੜੀ ਹੈ ਉਹ 1 ਬੈਗ ਪਾ ਲੈਣਾ ਚਾਹੀਦਾ, ਅਤੇ 1 ਬੈਗ ਜਿਹੜਾ ਜਾਂ ਯੂਰੀਆ ਦਾ ਪਾ ਲਓ ਜਾਂ ਜਿਹੜਾ ਕੈਨ ਗੁਆਰਾ, ਠੀਕ ਹੋ ਗਿਆ, ਉਹਦਾ ਪਾ ਲਓ ਅਤੇ ਉਹ ਵੀ ਜ਼ਬਰਦਸਤ। ਠੀਕ ਹੋ ਗਿਆ। ਇਹ ਪਾ ਕੇ ਅਤੇ ਉਸ ਤੋਂ ਬਾਅਦ ਮਤਲਬ ਸੀਡ ਜਿਹੜਾ ਬੈੱਡ ਬਣਾਉਣੇ ਨੂੰ ਕਿ ਬੈੱਡ ਬਣਾ ਕੇ ਤੁਸੀਂ ਵੇਚ ਲੈਂਦੇ ਹੋ? ਉਸ ਤੋਂ ਬਾਅਦ ਇਹਦੇ ਬੈੱਡ ਬਣਾਓਗੇ, ਉਹ ਜਿਹੜੀ ਖਾਦ ਤੁਹਾਡੀ ਸਾਰੀ ਉਹ ਬੈੱਡਾਂ ਦੇ ਵਿੱਚ ਆ ਬੈੱਡਾਂ ਦੇ ਵਿੱਚ ਹੋ ਜਾਏਗੀ, ਉਹ ਬਹੁਤ ਜ਼ਬਰਦਸਤ ਹੋਏਗੀ, ਤੁਹਾਡੇ ਫਸਲ ਨੂੰ ਬੜਾ ਅੱਛਾ ਫਾਇਦਾ ਉਹਦੇ ਨਾਲ ਹੋ ਜਾਂਦਾ। ਅੱਛਾ, ਉਸ ਤੋਂ ਬਾਅਦ ਦੀ ਜਿਹੜੇ ਇਸ ਦੀ ਜਰਮੀਨੇਸ਼ਨ ਹੋ ਜਾਂਦੀ ਹੈ, ਉਸ ਤੋਂ ਬਾਅਦ ਦੇ ਦੱਸੋ ਇਹਦੀ ਹਿਫਾਜ਼ਤ ਕਿਸ ਤਰ੍ਹਾਂ, ਦੇਖਭਾਲ ਇਸ ਦੀ ਕਿਸ ਤਰ੍ਹਾਂ ਕਰਨੀ, ਔਰ ਉਸ ਤੋਂ ਬਾਅਦ ਸਪਰੇ ਵਗੈਰਾ, ਅਤੇ ਉਹ ਥੋੜ੍ਹਾ ਸਾਨੂੰ ਦੱਸ ਦਿਓ ਇਹ ਜੀ। 24 ਇਹਨੂੰ ਜਦੋਂ ਅਸੀਂ ਪਾਣੀ ਲਾਉਣਾ ਸੋਇੰਗ ਦੇ ਟਾਈਮ 'ਤੇ ਪਹਿਲਾਂ ਪਾਣੀ ਲਾਉਂਦੇ ਹੋ ਜੀ ਜੀ, ਉਹਨੂੰ 24 ਘੰਟੇ ਦੇ ਅੰਦਰ ਅੰਦਰ ਤੁਸੀਂ ਇਹਨੂੰ ਸਪਰੇ ਕਰਨੀ, ਜਿਸ ਤਰ੍ਹਾਂ ਕਿ ਅਸਾਂ 3 ਕਿੱਲੇ ਨੂੰ ਕੀਤੀ। ਸਹੀ ਹੋ ਗਿਆ। ਅਤੇ ਉਹ ਜਿਹੜੀ ਉਹ ਜੜੀ ਬੂਟੀਆਂ ਵਾਲੀ ਸਪਰੇਅ 'ਚ, ਇਹਦਾ ਨਾਮ ਵੀ ਦੱਸੋ ਜਿਹੜੀ ਤੁਸੀਂ ਜਿਸ 'ਤੇ ਮੁਤਮਿਨ ਹੋ ਜੀ। ਮੇਰੇ ਖਿਆਲ ਉਹ ਕੋਈ ਵੀ ਜਿਹੜੀ ਹੈ ਨਾ ਕਿਸੇ ਕੰਪਨੀ ਦੀ ਅੱਛੀ